ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਹੈ ਕਿ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਂਗੇ, ਅਸੀਂ ਵੀ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹਾਂ। ਅੱਜ ਅਸੀਂ ਫਿਰ ਤੋਂ ਪਹੁੰਚ ਗਏ ਹਾਂ ਕ੍ਰਾਫਟ ਬਾਜ਼ਾਰ ਵਿੱਚ, ਅਤੇ ਅੱਜ ਪਹਿਲਾਂ ਨਾਲੋਂ ਵੀ ਜ਼ਿਆਦਾ ਵਧੀਆ ਸਮਾਨ ਆਇਆ ਸੀਗਾ, ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਹੋਰ ਨਵੀਆਂ ਆਈਆਂ ਸੀਗੀਆਂ। ਚਲੋ ਜੀ, ਤੁਸੀਂ ਵੀ ਸਾਰੇ ਜਣੇ ਵੀਡੀਓ ਨੂੰ ਇੰਜੋਏ ਕਰੋ ਅਤੇ ਦੇਖੋ ਮੇਲੇ ਦੇ ਵਿੱਚ ਹੋਰ ਕੀ ਸਮਾਨ ਸੀ ਵਧੀਆ ਤੋਂ ਵਧੀਆ। ਅਤੇ ਇੱਕ ਸੋਫੀਆ ਦੀ ਵੀ ਸੇਲ ਲੱਗੀ ਹੋਈ ਸੀਗੀ, ਅਤੇ ਇਹਨਾਂ ਦਾ ਪਹਿਲਾਂ ਹੀ ਪ੍ਰਾਈਜ਼ ਜਿਹੜਾ ਲੈਸ ਕਰਕੇ ਲਾਇਆ ਸੀਗਾ, ਅਤੇ ਸੋਫੇ ਵੀ ਸਾਰੇ ਜਿਹੜੇ ਸੀਗੇ ਬਹੁਤ ਵਧੀਆ ਸੀਗੇ। ਆ ਲੱਕੜ ਦੀਆਂ ਚੇਅਰਸ ਸੀਗੀਆਂ, ਇਹ ਵੀ ਬਹੁਤ ਵਧੀਆ ਸੀ, ਅਤੇ ਸਟੂਲ ਵਗੈਰਾ ਸਾਰਾ ਕੁਛ ਬਹੁਤ ਸੋਹਣਾ ਸੀਗਾ। ਡੈਕੋਰੇਸ਼ਨ ਦਾ ਸਮਾਨ ਇੱਥੋਂ ਜਪਜੋਤ ਨੇ ਆਪਣੇ ਨਾਮ ਦਾ ਇੱਕ ਛੱਲਾ ਬਣਵਾਇਆ, ਉਹਦੇ ਉੱਤੇ ਆਪਣਾ ਨਾਮ ਲਿਖਵਾਇਆ ਉਹਨੇ। ਅਤੇ ਹੁਣ ਟੁਕਮਨ ਨੇ ਆਪਣੇ ਲਈ ਸਪਾਈਸੀ ਜੀ ਮੇਲ ਬਣਵਾਈ ਆ, ਅਤੇ ਸਾਰਾ ਕੁਛ ਮਿਕਸ ਕਰਕੇ ਉਹਨਾਂ ਨੇ ਇਹਦੇ ਵਿੱਚ ਬਣਾਇਆ ਸੀ। ਦੋਨੇ ਭੈਣ ਭਰਾ ਖਾਣ ਡਏ ਆ। ਸੁਖਮਨ ਨੇ ਆਪਣੇ ਲਈ ਬਣਵਾਈ ਸੀਗੀ ਸਪਾਈਸੀ ਜੀ, ਅਤੇ ਜਪਜੋਤ ਇੰਨਾ ਸਪਾਈਸੀ ਨਹੀਂ ਖਾਂਦਾ ਹੈਗਾ ਆ, ਅਤੇ ਹੁਣ ਸਾਡੀ ਜਿਹੜੀ ਬੋਤਲ ਹੈ ਪਾਣੀ ਵਾਲੀ ਉਹ ਸਕੂਟਰੀ 'ਚ ਰਹਿ ਗਈ ਆ, ਅਤੇ ਇਹ ਹੁਣ ਇਸ ਲਈ ਆਈਸਕ੍ਰੀਮ ਲੈਣ ਗਿਆ ਆ, ਪਰ ਮੈਨੂੰ ਮਿਰਚ ਬਹੁਤ ਲੱਗੀ ਆ, ਇਹਨੂੰ ਬਹਾਨੇ ਨਾਲ ਆਈਸਕ੍ਰੀਮ ਮਿਲ ਜੂਗੀ। ਚਲੋ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਸਾਨੂੰ ਇੱਥੇ ਕੌਣ ਮਿਲਿਆ ਸੀਗਾ। ਇੱਥੇ ਮਿਲੇ ਸੀ ਮੈਨੂੰ ਮਾਸੀ ਜੀ ਦੀ ਬੇਟੀ, ਇਹਨਾਂ ਦਾ ਵੀ ਚੈਨਲ ਆ, ਅਤੇ ਇਹਨਾਂ ਦੇ ਚੈਨਲ ਦਾ ਨਾਮ ਹੈਗਾ ਆ ਰੰਧਾਵਾ ਫੈਮਿਲੀ ਵਲੌਗ। ਇਹਨਾਂ ਦੀਆਂ ਵੀਡੀਓ ਵੀ ਬਹੁਤ ਵਧੀਆ ਹੁੰਦੀਆਂ ਆ। ਇਹ ਮੇਰੇ ਤੋਂ ਪਹਿਲਾਂ ਪਹੁੰਚ ਗਏ ਸੀ ਇੱਥੇ, ਮੈਂ ਸਮਾਂ ਲੇਟ ਹੋ ਗਈ, ਅਤੇ ਹੁਣ ਇਹਨਾਂ ਨੂੰ ਕਾਹਲੀ ਸੀਗੀ, ਇਹਨਾਂ ਨੂੰ ਜਲੰਧਰ ਜਾਣਾ ਸੀਗਾ ਅਤੇ ਟਾਈਮ ਲੱਗਣਾ ਸੀਗਾ, ਅਤੇ ਹੁਣ ਸ਼ਾਮ ਦਾ ਵੇਲਾ ਹੋਣ ਡਿਆ ਸੀ, ਇਹਨਾਂ ਨੇ ਟਾਈਮ ਨਾਲ ਪਹੁੰਚਣਾ ਸੀ। ਆਪਾਂ ਥੋੜ੍ਹੀਆਂ ਜਿਹੀਆਂ ਫੋਟੋਸ ਕਲਿੱਕ ਕੀਤੀਆਂ ਆ, ਤਾਂ ਉਹ ਅੱਗੇ ਮੈਂ ਵੀਡੀਓ ਦੇ ਵਿੱਚ ਹੁਣ ਤੁਹਾਨੂੰ ਦਿਖਾਊਂਗੀ। ਅਤੇ ਸੋਫੇ ਵੀ ਜਿਹੜੇ ਸਾਰੇ ਬਹੁਤ ਵਧੀਆ ਸੀਗੇ, ਇਹਨਾਂ ਦਾ ਪਹਿਲਾਂ ਹੀ ਪ੍ਰਾਈਜ਼ ਜਿਹੜਾ ਹੈ ਉਹਨਾਂ ਨੇ ਲੈਸ ਕਰਕੇ ਲਾਇਆ ਹੋਇਆ ਸੀਗਾ। ਸਾਰੇ ਸੋਫੇ ਬਹੁਤ ਵਧੀਆ ਸੀਗੇ, ਅੱਜ ਉਦਣ ਨਾਲੋਂ ਵੀ ਜ਼ਿਆਦਾ ਸਮਾਨ ਆਇਆ ਸੀਗਾ। ਅਤੇ ਆ ਲੱਕੜ ਦੀਆਂ ਚੇਅਰਸ ਸੀਗੀਆਂ, ਇਹ ਵੀ ਬਹੁਤ ਵਧੀਆ ਸੀ, ਅਤੇ ਸਟੂਲ ਵਗੈਰਾ ਸਾਰਾ ਕੁਛ ਹੀ, ਡੈਕੋਰੇਸ਼ਨ ਦਾ ਸਮਾਨ ਸਾਰਾ ਕੁਛ ਹੀ ਬਹੁਤ ਸੋਹਣਾ ਸੀ।
ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਮੈਂ ਕੀ ਸ਼ੋਪਿੰਗ ਕੀਤੀ ਆ ਉੱਥੋਂ। ਮੈਂ ਜ਼ਿਆਦਾ ਸ਼ੋਪਿੰਗ ਨਹੀਂ ਕੀਤੀ, ਬਸ ਥੋੜ੍ਹਾ ਹੀ ਸਮਾਨ ਲਿਆ ਆ। ਆਹ ਕੌਫੀ ਮੱਗ ਲਏ ਆ, ਇਹ ਵਾਲਾ ਕਲਰ ਲਿਆ ਆ ਸੁਖਮਨ ਨੇ, ਅਤੇ ਕੱਪ ਸੇਮ ਹੀ ਆ ਦੋਨੇ, ਬਸ ਕਲਰ 'ਚ ਫਰਕ ਆ। ਅਤੇ ਇਹ ਵਾਲਾ ਲਿਆ ਆ ਜਪਜੋਤ ਨੇ ਆਪਣੇ ਲਈ, ਫਿਰ ਕਲਰ ਅਲੱਗ ਅਲੱਗ ਹੋਣੇ ਨਾਲ ਪਤਾ ਹੁੰਦਾ ਕਿ ਆਹ ਮੇਰਾ ਕੱਪ ਆ ਤਾਂ ਮੇਰਾ ਕੱਪ ਆ, ਫਿਰ ਲੜਦੇ ਨਹੀਂ ਦੋਨੇ ਜਣੇ। ਅਤੇ ਇਹ ਵਾਲੀ ਲਈ ਆ ਟਰੇ ਇੱਕ ਮੈਂ, ਅਤੇ ਇਹਦਾ ਸਟਿੱਕਰ ਜਪ ਨੇ ਲਾ ਦਿੱਤਾ ਆ। ਇਹ ਇੱਕ ਮੈਂ ਲਈ ਆ ਆਹ ਛੋਟੀ ਜਿਹੀ ਕੜਾਈ, ਸੋਹਣੀ ਲੱਗਦੀ ਮੈਨੂੰ ਇਹ। ਇੱਕ ਮੈਂ ਇਹ ਲਿਆਂਦੀ, ਇੱਕ ਲਿਆਂਦਾ ਆਪਾਂ ਸ਼ਰੱਗ, ਇਹ ਸੁਖਮਨ ਨੂੰ ਪਸੰਦ ਆ ਗਿਆ ਸੀ ਉੱਥੇ, ਅਤੇ ਸ਼ਰੱਗ ਬਹੁਤ ਵਧੀਆ ਆ, ਕਲਰ ਉਹਨੂੰ ਇਹ ਪਸੰਦ ਆਇਆ, ਸੋਹਣਾ ਆ। ਅਤੇ ਇਹਦੇ ਬੈਕ 'ਤੇ ਡਿਜ਼ਾਈਨ ਬਣਿਆ ਹੋਇਆ ਆ, ਇੱਕ ਮੈਂ ਆਪਣੇ ਲਈ ਕੋਟੀ ਲਿਆਂਦੀ ਆ ਉੱਥੋਂ। ਅਤੇ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਦੱਸਿਓ। ਵੀਡੀਓ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਹੁਣ ਆਪਾਂ ਨੈਕਸਟ ਵੀਡੀਓ ਵਿੱਚ, ਜਦ ਤੱਕ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।